ਜਲੰਧਰ ਦੇ ਕਸਬਾ ਗੁਰਾਇਆ ਵਿੱਚ ਸਬ ਤਹਿਸੀਲ ਵਿੱਚ ਇੱਕ ਪਟਵਾਰੀ ਨੂੰ 10,000 ਦੀ ਰਿਸ਼ਵਤ ਲੈਂਦੇ ਵਿਜਲੇ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤਕਰਤਾ ਚਰਨਜੀਤ ਸਿੰਘ ਨਿਵਾਸੀ ਡੱਲੇਵਾਲ ਦਾ ਕਹਿਣਾ ਹੈ ਕਿ ਵਿਰਾਸਤ ਦੇ ਕੰਮ ਦੇ ਲਈ ਪਟਵਾਰੀ ਨੇ 10,000 ਦੀ ਰਿਸ਼ਵਤ ਲਈ ਸੀ, ਜਿਸ ਦੇ ਬਾਅਦ ਇੱਕ ਹੋਰ ਕੰਮ ਕਰਨ ਦੇ ਲਈ 10,000 ਰੁਪਏ ਦੀ ਹੋਰ ਰਿਸ਼ਵਤ ਮੰਗ ਰਿਹਾ ਸੀ, ਜਿਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਹੈ। ਵਿਜੀਲੈਂਸ ਵਿਭਾਗ ਦੇ DSP ਦਲਵੀਰ ਸਿੰਘ ਦਾ ਕਹਿਣਾ ਹੈ ਕਿ ਪਟਵਾਰੀ ਬਿਪਨ ਕੁਮਾਰ ਨੂੰ 10,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਚਰਨਜੀਤ ਸਿੰਘ, ਕੀ ਗੱਲ ਕੀ ਹੋਈ ਸੀ ਸਰ? ਉਹ ਜੀ ਆਪਣੇ ਇੰਤਕਾਲ ਦਾ ਸੀ ਮਸਲਾ ਜੀ। ਅੱਛਾ ਜੀ, ਕਿਹੜਾ ਪਿੰਡ ਆਪਣਾ? ਡੱਲੇਵਾਲ। ਅੱਛਾ, ਕੀ ਗੱਲ ਕੀ ਹੋਈ, ਕਿੰਨੇ ਪੈਸੇ ਮੰਗ ਰਹੇ ਸੀ? 10,000 ਪਹਿਲਾਂ ਦਿੱਤਾ। ਹਾਂਜੀ, ਉਹ ਇੰਤਕਾਲ ਕਰਾਉਣ ਦਾ। ਅੱਛਾ ਜੀ, ਉਸ ਤੋਂ ਬਾਅਦ ਵਿੱਚ 10,000 ਦੀ ਹੋਰ ਡਿਮਾਂਡ ਕਰ ਰਿਹਾ ਸੀ। ਅੱਛਾ ਜੀ, ਇੱਕ ਅੱਧਾ ਇੰਤਕਾਲ ਚਾੜਤਾ ਸੀ ਜ਼ਮੀਨਦਾਰ ਦੇ 'ਤੇ, ਚੜਾਇਆ ਨਹੀਂ, ਦੁਬਾਰਾ ਫਿਰ 10,000 ਦੀ ਆਪਣੀ ਡਿਮਾਂਡ ਕਰ ਰਿਹਾ ਸੀ। ਕੀ ਨਾਮ ਹੈ ਇਹਦਾ, ਦੂਏ ਦਾ ਪਟਵਾਰੀ ਦਾ ਕੀ ਨਾਮ ਸੀ? ਬਿਪਨ ਕੁਮਾਰ। ਇਹ ਬਿਪਨ ਕੁਮਾਰ ਪਟਵਾਰੀ ਆ, ਸਾਡੇ ਕੋਲ ਕੰਪਲੇਂਟ ਆਈ ਸੀ। ਕੰਪਲੇਨਟ ਦਾ ਨਾਮ ਹੈ ਚਰਨਜੀਤ ਸਿੰਘ, ਉਹਦਾ ਡੱਲੇਵਾਲ ਪਿੰਡ ਆ, ਗੁਰਾਇਆ ਤਹਿਸੀਲ 'ਚ ਪੈਂਦਾ। ਉਹਦੀ ਭੈਣ ਨੇ ਆਪਣੇ ਭਤੀਜਿਆਂ ਦੇ ਨਾਂ 'ਤੇ ਇੱਕ ਵਿਰਾਸਤ ਕੀਤੀ ਸੀ। ਉਹਦੀ ਭੈਣ ਦੀ ਡੈੱਥ ਹੋ ਗਈ, ਡੈੱਥ ਤੋਂ ਬਾਅਦ ਉਹ ਵਿਰਾਸਤ ਇੰਤਕਾਲ ਦੋ ਸੀਗੇ, ਇੱਕ ਡੱਲੇਵਾਲ ਪਿੰਡ ਦਾ ਸੀ, ਇੱਕ ਗੁਰਾਇਆ ਪਿੰਡ ਦਾ ਸੀ। ਇਹਨੇ ਉਹ ਵਿਰਾਸਤ ਇੰਤਕਾਲ ਲਈ ਆਪਣੀ ਐਪਲੀਕੇਸ਼ਨ ਮੂਵ ਕੀਤੀ ਪਟਵਾਰੀ ਨੇ ਚੜ੍ਹਾ ਕੇ। ਪਟਵਾਰੀ ਨੇ ਉਹਦਾ 10,000 ਰੁਪਈਆ ਲੈ ਲਿਆ, ਚੜ੍ਹਾ ਕੇ ਪ੍ਰੂਵ ਕਰਤਾ ਇੱਕ ਦਾ। ਦੂਜਾ ਉਹਨੇ ਰੋਕ ਲਿਆ, ਉਹਨੇ 10,000 ਰੁਪਈਆ ਉਹਦਾ ਵੀ ਡਿਮਾਂਡ ਕਰ ਲਿਆ ਪਟਵਾਰੀ ਬਿਪਨ ਕੁਮਾਰ ਨੇ। ਉਹਨੇ ਸਾਨੂੰ ਕੰਪਲੇਂਟ ਕੀਤੀ, ਅਸੀਂ ਉਹਨੂੰ ਜਿਹੜਾ ਆ ਆਪਣੀ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟਰੈਪ ਕੀਤਾ। ਟਰੈਪ ਕਰਨ ਤੋਂ ਬਾਅਦ ਉਹਦੀ ਜਿਹੜੀ ਆ ਬ੍ਰਾਈਬ ਮਨੀ ਆ ਉਹ ਰਿਕਵਰ ਹੋ ਗਈ, ਅਤੇ ਉਹ ਬ੍ਰਾਈਬ ਮਨੀ ਰਿਕਵਰ ਕਰਕੇ ਮੋਟਿਵ ਫਾਈਲ ਰਿਕਵਰ ਕਰਕੇ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ। ਕੱਲ੍ਹ ਇਹਨੂੰ ਅਦਾਲਤ 'ਚ ਪੇਸ਼ ਕਰਕੇ ਅਗਲੀ ਤਫਤੀਸ਼ ਜਿਹੜੀ ਆ ਉਹ ਅਮਲ ਵਿੱਚ ਲਿਆਂਦੀ ਹੈ। ਸਰ, ਜਿਹੜੀ ਡਿਮਾਂਡ ਕੀਤੀ 10,000 ਰੁਪਏ ਦੀ ਕੀਤੀ ਸੀ ਜਾਂ ਹੋਰ ਦੀ ਕੀਤੀ ਸੀ? 10,000 ਰੁਪਏ ਦੀ, 10,000 ਪਹਿਲਾਂ ਲੈ ਲਿਆ ਡਿਮਾਂਡ ਕਰਕੇ, ਮਜਬੂਰ ਕਰਕੇ ਉਹਨੂੰ, ਵੀ ਜੇ ਤੁਸੀਂ ਮੈਨੂੰ ਨਹੀਂ 10,000 ਰੁਪਏ ਦੇਵੇਗਾ ਤਾਂ ਮੈਂ ਤੇਰਾ ਕੈਂਸਲ ਕਰਾ ਦਾਂਗਾ। 10,000 ਦੀ ਹੋਰ ਡਿਮਾਂਡ ਕਰਤੀ ਅਗਲੇ ਉਹਦੇ ਵਾਸਤੇ। ਉਹ ਗਰੀਬ ਬੰਦਾ ਸੀ, ਉਹ ਨਹੀਂ ਅਫੋਰਡ ਕਰ ਸਕਦਾ ਸੀ। ਉਹਨੇ ਵਿਜੀਲੈਂਸ ਨੂੰ ਆ ਕੇ ਕੰਪਲੇਂਟ ਕੀਤੀ, ਵਿਜੀਲੈਂਸ ਨੇ ਆਪਣਾ ਐਕਸ਼ਨ ਕਰਤਾ। ਅਤੇ ਜਿਹਨੇ ਸ਼ਿਕਾਇਤ ਕੀਤਾ ਸੀ ਕੌਣ ਵਿਅਕਤੀ ਹੈ, ਕਿੱਥੇ ਦਾ ਰਹਿਣ ਵਾਲਾ? ਚਰਨਜੀਤ ਸਿੰਘ, ਡੱਲੇਵਾਲ। ਡੱਲੇਵਾਲ ਤੇ ਇਹਨੂੰ ਗ੍ਰਿਫਤਾਰ ਕਿੱਥੋਂ ਕੀਤਾ? ਤਹਿਸੀਲ 'ਚੋਂ, ਤਹਿਸੀਲ ਆਫਿਸ 'ਚੋਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।